अस्सलाम वालेकुम जी, आदाब, सत श्री अकाल। वे केड़ा है मेरिया आंदरा नाल मंजी उणदा, मेरा दिल दावण आले पासे रखी ते अखां सराणे बन्ने, मैं सराणे ते फुल कढ़ने ने। औरत दी मुहब्बत ते उहदे खौफ नूं समझण लई उहदी तखलीक नूं समझणा बड़ा जरूरी है। ਇਹ ਜਿਹੜੀ ਨਜ਼ਮ ਦੇ ਕੁਝ ਬੋਲ ਮੈਂ ਬੋਲੇ ਨੇ, ਇਹ ਨਸਰੀਨ ਅੰਜੁਮ ਪੱਟੀ ਦੀ ਸ਼ਾਇਰੀ ਸੀ। ਨਸਰੀਨ ਅੰਜੁਮ ਪੱਟੀ ਕੌਣ ਸੀ? ਨਸਰੀਨ ਹਾਲਾਤ ਦੀ ਵਿਗੜੀ ਹੋਈ ਸ਼ਕਲ ਨੂੰ ਬਿਆਨ ਕਰਨ ਵਾਲੀ ਇੱਕ ਵੱਡੀ ਫਨਕਾਰਾ ਸੀ। ਉਹ ਔਰਤ ਦੀ ਸਵਾਣੀ ਦੀ ਉਹ ਆਵਾਜ਼ ਸੀ ਜਿਸ ਨੇ ਭਰਵੇਂ ਢੰਗ ਨਾਲ ਆਪਣੀ ਸ਼ਾਇਰੀ ਰਾਹੀਂ ਆਪਣੇ ਜਜ਼ਬਾਤਾਂ ਦਾ ਇਜ਼ਹਾਰ ਕੀਤਾ। ਜੇ ਤੁਸੀਂ ਔਰਤ ਦੇ ਮਾਰੇ ਗਏ ਹੱਕਾਂ ਅਤੇ ਉਸ ਉੱਪਰ ਕੀਤੇ ਗਏ ਜ਼ੁਲਮਾਂ ਦੀ ਕਥਾ ਜਾਣਨੀ ਹੋਵੇ ਤਾਂ ਫਿਰ ਨਸਰੀਨ ਅੰਜੁਮ ਪੱਟੀ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ। ਗੱਲਬਾਤ ਅੱਗੇ ਤੋਰਦੇ ਹਾਂ, ਪਰ ਚੈਨਲ ਖੋਜੋ, ਜ਼ਰੂਰ ਸਬਸਕ੍ਰਾਈਬ ਕਰ ਲਓ। ਨਸਰੀਨ ਅੰਜੁਮ ਪੱਟੀ ਲਹਿੰਦੇ ਪੰਜਾਬ ਦੀ ਪੰਜਾਬੀ ਦੀ ਸਭ ਤੋਂ ਵੱਡੀ ਸ਼ਾਇਰਾ ਸੀ। ਨਸਰੀਨ ਕ੍ਰਾਂਤੀ, ਨਾਬਰੀ ਅਤੇ ਮਜ਼ਾਮਤ ਦਾ ਇੱਕ ਨਾਂ ਸੀ। ਬੜੀ ਅਜੀਬ ਜਿਹੀ ਗੱਲ ਹੈ ਕਿ ਅਸੀਂ ਔਰਤ ਦੇ ਖੌਫਾਂ, ਉਹਦੇ ਜਜ਼ਬਾਤ ਅਤੇ ਉਹਦੇ ਅੰਦਰ ਨੂੰ ਜਾਣਨ ਲਈ ਮਰਦਾਂ ਦੀਆਂ ਲਿਖਤਾਂ ਨੂੰ ਪੜ੍ਹਦੇ ਹਾਂ, ਪਰ ਮੇਰਾ ਇਹ ਖਿਆਲ ਹੈ ਕਿ ਜੇ ਤੁਸੀਂ ਔਰਤ ਦੀ ਨਫਸਿਆਤ ਅਤੇ ਉਹਦੇ ਜਜ਼ਬਾਤਾਂ ਨੂੰ ਜਾਂ ਔਰਤ ਨੂੰ ਅੰਦਰੋਂ ਜਾਣਨਾ ਹੋਵੇ ਤਾਂ ਫਿਰ ਕਿਸੇ ਔਰਤ ਦੀ ਹੀ ਤਖਲੀਕ ਨੂੰ ਪੜ੍ਹਨਾ ਜ਼ਰੂਰੀ ਹੈ। ਨਸਰੀਨ ਲਿਖਦੀ ਹੈ ਕਿ ਇਹ ਹੀ ਹੈ ਸਾਡਾ ਜੀਣਾ, ਕਿ ਇਹੀ ਹੈ ਸਾਡਾ ਜਿਉਣਾ, ਟਨ 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 ਆਪਣੇ ਕੋਣ ਵਾਲੇ ਦੇ ਪਿੱਛੇ ਪਿੱਛੇ ਚੁੱਪ ਚੁਪੀਤਿਆਂ ਟੁਰੀਆਂ ਜਾਂਦੀਆਂ ਭੇਟਾਂ, ਜੀਵਨ ਦਾ ਕੋਈ ਆਹਰ ਕਰਦੀਆਂ ਜਾਂ ਮਰਨ ਦੀ ਕੋਈ ਮਿਸਾਲ, ਨਹੀਂ ਆਹੋ ਅਸੀਂ ਤਾਂ ਭੇਡਾਂ ਕਮਲੀਆਂ ਪਰ ਅੰਦਰ ਦੀ ਗੱਲ ਬਾਹਰ ਨਹੀਂ ਕਰਨੀ। ਫਿਰ ਲਿਖਦੀ ਹੈ, ਮੇਰਾ ਮੁਹਾਂਦਰਾ ਮੇਰੇ ਨਾਲ ਹੀ ਹੈ, ਤੂੰ ਫਿਕਰ ਨਾ ਕਰ। ਮੇਰਾ ਮੁਹਾਂਦਰਾ ਮੇਰੇ ਨਾਲ ਹੀ ਹੈ, ਤੂੰ ਫਿਕਰ ਨਾ ਕਰ, ਅਤੇ ਨਾਲੇ ਤੇਰੇ ਨੈਣ ਨਕਸ਼ ਵੀ ਮੇਰੇ ਕੋਲ ਹੀ ਨੇ, ਤੂੰ ਮੈਨੂੰ ਕਿਵੇਂ ਭੁੱਲੇਗਾ। ਅਸੀਂ ਕੋਈ ਭੁੱਲਣ ਭੁਲੇਖਾ ਪਏ ਖੇਡਨੇ ਹਾਂ। ਨਸਰੀਨ ਦੀ ਸਾਰੀ ਹਯਾਤੀ ਸਮਾਜ ਅਤੇ ਔਰਤ ਬਾਰੇ ਹੀ ਲਿਖਦਿਆਂ ਗੁਜ਼ਰ ਗਈ। ਨਸਰੀਨ ਅੰਜੁਮ ਪੱਟੀ 26 ਜਨਵਰੀ 1943 ਨੂੰ ਕੋਇਟਾ ਵਿੱਚ ਇੱਕ ਕ੍ਰਿਸਚਨ ਫੈਮਿਲੀ ਜੰਮੀ। ਮੁੱਢਲੀ ਤਾਲੀਮ ਉਹਨੇ ਸਿੰਧ ਵਿੱਚ ਹਾਸਲ ਕੀਤੀ। ਇਸ ਤੋਂ ਬਾਅਦ ਨਸਰੀਨ ਲਾਹੌਰ ਆ ਗਈ। ਉਹ ਇੱਕ ਪੇਂਟਰ ਵੀ ਸੀ, ਸ਼ਾਇਰਾ ਵੀ ਸੀ। ਮਿਊਜ਼ਿਕ ਨਾਲ ਨਸਰੀਨ ਨੂੰ ਇਸ਼ਕ ਸੀ। ਇਸ ਤੋਂ ਬਾਅਦ ਨਸਰੀਨ ਨੇ ਲਾਹੌਰ ਦੇ ਇੱਕ ਵੱਡੇ ਇਦਾਰੇ 'ਚੋਂ ਰਕਸ ਦੀ ਤਾਲੀਮ ਵੀ ਹਾਸਲ ਕੀਤੀ। ਇੱਕ ਵਾਰੀ ਨਸਰੀਨ ਦੇ ਕੋਲ ਆਪਣੀ ਭੈਣ ਦੀ ਫੀਸ ਭਰਨ ਲਈ ਪੈਸੇ ਕੋਈ ਨਹੀਂ ਸਨ ਅਤੇ ਉਸ ਨੇ ਆਪਣੀ ਇੱਕ ਪੇਂਟਿੰਗ ਦੀ ਬੋਲੀ ਲਾ ਦਿੱਤੀ। ਉਹਦੀ ਪੇਂਟਿੰਗ ਦੀ ਬੋਲੀ ਤੋਂ ਵੱਧ ਕੇ ਇੱਕ ਗੋਰੇ ਨੇ ਉਸ ਕੋਲੋਂ ਉਸ ਦੀ ਪੇਂਟਿੰਗ ਮੁੱਲ ਲੈ ਲਈ। ਨਸਰੀਨ ਘੱਟ ਬੋਲਣ ਵਾਲੀ ਸੀ, ਪਰ ਉਹਦੇ ਅੰਦਰ ਹਮੇਸ਼ ਇੱਕ ਤੂਫਾਨ ਝੁਲਿਆ ਰਹਿੰਦਾ ਸੀ। ਨਸਰੀਨ ਦੇ ਅੰਦਰ ਇਨਕਲਾਬੀ ਵਿਚਾਰ ਸਨ। ਉਹ ਰੀਤਾਂ, ਰਸਮਾਂ, ਰਿਵਾਜ਼ਾਂ ਦੀ ਉਸ ਹੱਥਕੜੀ ਦੇ ਖਿਲਾਫ ਸੀ ਜੋ ਇਨਸਾਨ ਤੋਂ ਇਨਸਾਨ ਹੋਣ ਦਾ ਹੱਕ ਖੋ ਲੈਂਦੀ ਹੈ। ਨਸਰੀਨ ਹਮੇਸ਼ ਪਿੱਸੇ ਹੋਏ ਲੋਕਾਂ ਦੀ ਗੱਲ ਕਰਦੀ ਅਤੇ ਉਹਨਾਂ ਲਈ ਲਿਖਦੀ। ਉਹ ਹਮੇਸ਼ ਇਨਸਾਨਾਂ ਅਤੇ ਲੋਕਾਂ ਦੇ ਹੱਕਾਂ ਦੀ ਗੱਲ ਕਰਦੀ ਅਤੇ ਫਿਰ ਔਰਤ ਦੀ ਹੋਂਦ ਲਈ ਅੱਖਰਾਂ ਨੂੰ ਭਰਾਉਂਦੀ ਰਹਿੰਦੀ। ਨਸਰੀਨ ਅੰਜੁਮ ਪੱਟੀ ਨੇ ਰੇਡੀਓ ਪਾਕਿਸਤਾਨ ਵਿੱਚ ਸਾਰੀ ਉਮਰ ਨੌਕਰੀ ਕੀਤੀ, ਪਰ ਸਰਕਾਰੀ ਕੰਮਾਂ ਕਾਜਾਂ ਨੇ ਉਹਦੇ ਵਿਚਾਰਾਂ ਅਤੇ ਉਹਦੀ ਤਖਲੀਕ ਨੂੰ ਘਟਾਇਆ ਨਹੀਂ, ਸਗੋਂ ਉਹ ਹਰ ਔਕੜ ਵਿੱਚ ਖਲੋਤੀ ਰਹੀ ਅਤੇ ਇਸ ਗੱਲ ਦੀ ਨਸਰੀਨ ਅੰਜੁਮ ਪੱਟੀ ਨੇ ਕੀਮਤ ਵੀ ਦਿੱਤੀ ਸੀ। ਨਸਰੀਨ ਅੰਜੁਮ ਪੱਟੀ ਪੰਜਾਬੀ ਬੋਲੀ ਅਤੇ ਪੰਜਾਬੀ ਰਹਿਤਲ ਨਾਲ ਪਿਆਰ ਕਰਦੀ ਸੀ। ਉਹ ਕੋਇਟਾ ਜੰਮੀ, ਸਿੰਧ ਦੀ ਧਰਤੀ 'ਤੇ ਪੱਲੀ, ਪਰ ਉਸ ਨੂੰ ਰਾਸ ਪੰਜਾਬ ਆਇਆ। ਨਸਰੀਨ ਅੰਜੁਮ ਪੱਟੀ ਨੇ ਪੰਜਾਬੀ ਨੂੰ ਗਲਵਕੜੀ ਪਾਈ ਜਾਂ ਪੰਜਾਬੀ ਜ਼ਬਾਨ ਨੇ ਨਸਰੀਨ ਨੂੰ ਚੁਣ ਲਿਆ, ਜੋ ਵੀ ਹੋਇਆ ਪੰਜਾਬੀ ਜ਼ਬਾਨ ਨੂੰ ਇੱਕ ਵੱਡੀ ਅਤੇ ਜੀਵਤ ਸ਼ਾਇਰਾ ਮਿਲ ਗਈ।
नसरीन उर्दू विच भी लिखदी सी ते उस दा एक शेरी परागा बनबास दे नाम नाल भी सामने आया। नसरीन लिखदी है, मेरी हंसी मक्की के भुट्टे भूनने की सी है, मेरी हंसी मक्की के भुट्टे भूनने की सी है और मेरा रोना कपास पर बारिश जैसा। मेरा महबूब मेरे हाथों में अपने पाँव छोड़ गया और मेरे होंठों पर अपनी आँखें। मेरी बाहों के फैलाओ तक तुम मेरे हो, उससे आगे मैं तुम्हारी हूँ। नसरीन उर्दू विच भी एक वखरा तखयुल ते एहसास रखती सी ते एहसास निखर के सामने आया। नसरीन उस पीढ़ी नाल ताल्लुक रखती सी जो दूजी आलमी जंग तो बाद जवान हुई। उस वेले दुनिया का हर शायर मौसीकार मुसव्वर दानश्वर अमन सलामती ते भाईचारे दे ख्वाबां विच रुझिया होया सी। हर सोचण वाला ते सूझवान जमहूरीयत ते इंसाफ दी मांग कर रहा सी। पर जदों ए ख्वाब टुटे ते फिर एक बड़ा अजीब जिहा समाज उभरन लग पिया। नसरीन अंजुम पट्टी भी उस वेले हक ते सच दी गल कर रही सी। एक वारी उन्हें कहा कि असी अजिहा समाज हुण बुण दिता है जिहदे विच बकरे या ऊठ तां नच सकदे हन पर इंसान नहीं। नसरीन अंजुम पट्टी नूं वजदा ढोल बड़ा पसंद सी। वह जिथे कितें ढोल वजदा सुनती तो उत्थे अपने आप विच गुम हो जाती। वह कहती सी ए ढोलीए बड़े बागी होंदे ने, ढोल वजाउंदे आउंदे ने ते सारे माहौल ते वातावरण नूं तोड़ फोड़ के रख देंदे ने। कहती सी ए ढोल सानूं बड़े फैसीनेट करदे ने। नसरीन शाह हुसैन लाहौरी ते शाह अब्दुल लतीफ भटाई तो बड़ी मुतासर सी। नसरीन ने सिंधी पंजाबी बलोची तिना दे साथ नू पढ़िया ते अपने अंदर उतार लिया। पर नसरीन दी पहचान पंजाबी शायरी बनी। उसने पंजाबी शायरी विच नसरी नज़म उस वेले लिखना शुरू की जिस वेले नसरी नज़म नू ही गुनाह समझिया जांदा सी। पंजाबी शायरी विच औरत दा बोल्ड हो के लिखना ज़रा घट सी पर नसरीन ने ए रीत पा दिती। नसरीन दी पहली किताब नील कराइयां नीलका है जिसने नसरीन अंजुम पट्टी नू एक वड्डी तखलीककार वजों दुनिया दे सामने लै आउंदा सी। दूजा परागा अठे पैर त्राह है जो कि एक औरत दी अंदर दी आवाज़ है। नसरीन हर वेले सोचां दे ताने बाने बुनदी रहिंदी ते फिर यही सोचा शायरी का रूप धार लैंदियां। नसरीन नाल एक मर्द ने इश्क भी किया ते फिर नसरीन ओदी हो गई। तलखियां ते नाकामियां ने जिंदगी विच भंग पाण दी बड़ी कोशिश की पर नसरीन आखिरी दम तक गड्डी नूं टोरदी रही। नसरीन अंजुम पट्टी नूं उस्ताद अमानत अली खां की गायकी नाल इश्क सी। उस्ताद अमानत अली खां की मौत ते नसरीन बड़ी दुखी हुई सी। वह एक सुचल फनकारा सी, उसने हमेशा मुहब्बतां वंडियां। जुल्फकार अली भुट्टो नाल उहदी अकीदत ते मुहब्बत दा इजहार उहदी एक मशहूर पंजाबी दी नज़्म है, मैं मिर्जा सागर सिंध दा मेरी रावल जंज चढ़ी। नसरीन अंजुम पट्टी नूं पंजाबी फोक ते सूफी शायरी नाल इश्क सी पर उसने हमेशा औरत दे जज्बातां ते पिसे होए लोकां वास्ते लिखिया। इंसानी अलमीए नूं उसने हमेशा अपनी शायरी राहीं बयान किया। आखिर ते एक दो नज़मां नसरीन दियां सांझियां करदी हां। असां बालां कोलों पुछिया ए टुटे हुए खिडौने कित्थों लए जे, असां बालां कोलों पुछिया ए टुटे हुए खिडौने कित्थों लए जे, उन्हां हस के अपने टुटे हुए दंद विखा दिते। वाह, एक होर सुनो, मैं दुध विच दंद पकाए ते वरा जवानी ना चढ़िया, मैं दुध विच दंद पकाए ते वरा जवानी ना चढ़िया, हासे हेठ मेरी जीभ जहरी होई ते स्वाद मर गए, मैं अपने पिंडे हेठ लुक गई, हासे हेठ मेरी जीभ जहरी होई ते स्वाद मर गए, मैं अपने पिंडे हेठ लुक गई, ओ मेरे उत्तों लंघ लंघ गए, मैं फिर पिंडे उत्ते आण बैठी ते वैण करन लग पई। आए हाए, एक होर है,
ਮਨ ਕਰਦਾ ਏ ਚੇਤਰ ਸੌਣ ਫਾਗਣੇ ਇੱਕ ਖੇਡ ਰਜਾਈਏ। ਮਨ ਕਰਦਾ ਏ ਚੇਤਰ ਸੌਣ ਫਾਗਣੇ ਇੱਕ ਖੇਡ ਰਜਾਈਏ। ਭੋਰਾਂ ਦੇ ਨਾਲ ਭੋਰ ਚਾ ਬਣੀਏ, ਰੁੱਖਾਂ ਦੇ ਨਾਲ ਰੁੱਖ, ਨਿਤ ਨਿਤ ਛਾਂਗੇ ਵੱਢੇ ਜਾਈਏ, ਮੁੜ ਹਰਿਆਈਏ, ਸੁੱਕ ਸਰੀਰ ਮੁਰਝਾਏ ਨਾਹੀਂ। ਵਾਹ, ਜੇ ਤੁਹਾਨੂੰ ਟਾਈਮ ਮਿਲੇ ਤਾਂ ਨਸਰੀਨ ਅੰਜੁਮ ਪੱਟੀ ਨੂੰ ਇੱਕ ਵਾਰੀ ਜ਼ਿੰਦਗੀ ਵਿੱਚ ਜ਼ਰੂਰ ਪੜ੍ਹ ਲੈਣਾ। ਆਸ ਕਰਦੀ ਹਾਂ ਕਿ ਅੱਜ ਦੀ ਗੱਲਬਾਤ ਜਿਹੜੀ ਸਾਂਝੀ ਕੀਤੀ ਹੈ ਤੁਹਾਨੂੰ ਪਸੰਦ ਆਈ ਹੋਏਗੀ। ਜੇ ਪਸੰਦ ਆਈ ਹੈ ਤਾਂ ਚੈਨਲ ਵੀ ਸਬਸਕ੍ਰਾਈਬ ਕਰੋ ਅਤੇ ਆਪਣਾ ਫੀਡਬੈਕ ਵੀ ਦਿੰਦੇ ਰਿਹਾ ਕਰੋ। ਥੈਂਕ ਯੂ, ਰੱਬ ਰਾਖਾ।